ਖਬਰ ਆ, ਇਹ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਨਾ ਕੰਟਰੈਕਟ ਜਿਹੜੇ ਆ ਉਹ ਕੈਂਸਲ ਹੋਏ ਆ ਜਾਂ ਇੱਦਾਂ ਦੇ ਕੁਛ ਇਸ਼ੂ ਹੋਏ ਆ। ਇੱਕ ਦੋ ਮੁੰਡਿਆਂ ਦੇ ਮੈਨੂੰ ਫੋਨ ਆਏ, ਮੈਸੇਜ ਆਏ ਇੰਸਟਾਗ੍ਰਾਮ 'ਤੇ। ਇੱਕ ਨੇ ਮੈਨੂੰ ਕਿਹਾ ਕਿ ਮੇਰਾ ਨਾ ਦਸੰਬਰ ਦੇ ਸਟਾਰਟਿੰਗ ਦੇ ਵਿੱਚ ਮੇਰਾ ਕੰਟਰੈਕਟ ਕੈਂਸਲ ਸੀਗੀ, ਮੇਰੀ ਆਈਡੀ ਵੈਲਿਡ ਸੀ, ਯਾਨੀ ਆਈਡੀ ਉਹਦੀ ਵੈਲਿਡ ਸੀਗੀ। ਅਤੇ ਉਹਨੇ ਮੈਨੂੰ ਪੁੱਛਿਆ ਮੈਂ ਅਪਲਾਈ ਕਰ ਸਕਦਾ ਕਿ ਨਹੀਂ, ਆਈਡੀ ਉਹਦੀ ਜੂਨ ਤੱਕ ਸ਼ਾਇਦ ਵੈਲਿਡ ਆ। ਫਿਰ ਇੱਕ ਹੋਰ ਵੀ ਦਾ ਮੈਸੇਜ ਆਇਆ ਜਿਹਨੂੰ 3 ਮਹੀਨੇ ਹੋ ਗਏ ਉਹਦੇ ਕੰਟਰੈਕਟ ਕੈਂਸਲ ਹੋਈ ਨੂੰ, ਜਿਹੜਾ ਉਹਦਾ ਕੰਮ ਦਾ ਕੰਟਰੈਕਟ ਆ ਕੈਂਸਲ ਹੋਇਆ ਉਹਨੂੰ। ਅਤੇ ਇੱਕ ਦੋ ਜਣੇ ਹੋਰ ਆ ਜਿਨ੍ਹਾਂ ਦੇ ਕੰਟਰੈਕਟ ਕੈਂਸਲ ਹੋਏ ਆ, ਉਹਨਾਂ ਵਾਸਤੇ ਆ ਜਿਹੜੇ ਬੰਦਿਆਂ ਦੇ ਕੰਟਰੈਕਟ ਕੈਂਸਲ ਹੋਏ ਨੂੰ 3 ਮਹੀਨੇ 4 ਮਹੀਨੇ ਇੱਦਾਂ ਟਾਈਮ ਹੋ ਗਿਆ ਵਾ, ਉਹ ਪਲੀਜ਼ ਨਾ ਅਪਲਾਈ ਕਰਨ, ਚਾਹੇ ਉਹਨਾਂ ਦੀ ਜਿਹੜੀ ਆ ਆਈਡੀ ਵੈਲਿਡ ਹੈਗੀ ਆ ਚਾਹੇ ਨਹੀਂ ਹੈਗੀ, ਕਿਉਂਕਿ ਤੁਹਾਨੂੰ ਬਾਅਦ ਵਿੱਚ ਜਿਹੜੀ ਏਅਰਪੋਰਟ 'ਤੇ ਪ੍ਰੋਬਲਮ ਆ ਸਕਦੀ ਹੈ, ਇਹ ਰਿਪੋਰਟ ਵੀ ਕਰ ਸਕਦੇ ਆ। ਠੀਕ ਆ, ਉਹਨਾਂ ਕੋਲ ਚਾਂਸ ਤਾਂ ਕੋਈ ਹੈ ਨਹੀਂ ਆ, ਜੇ ਉਹ ਅਪਲਾਈ ਕਰਦੇ ਆ ਮਤਲਬ ਉਹ ਰਿਸਕ ਵਾ, ਜੇ ਇੱਥੇ ਰਹਿੰਦੇ ਆ ਰਿਪੋਰਟ ਤਾਂ ਵੀ ਆ, ਕਿਉਂਕਿ ਇੱਕ ਟਾਈਮ ਪੀਰੀਅਡ ਆ 90 ਦਿਨ ਦਾ, 3 ਮਹੀਨੇ ਦਾ। 3 ਮਹੀਨੇ ਦਾ ਜਿੱਦਾਂ ਮਤਲਬ ਤੁਸੀਂ ਜੋਬ ਛੱਡੀ ਆ ਜਿਸ ਦਿਨ ਤੋਂ, ਉਸ ਤੋਂ ਬਾਅਦ 3 ਮਹੀਨੇ ਦੇ ਅੰਦਰ ਅੰਦਰ ਤੁਸੀਂ ਨਵਾਂ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ ਅਤੇ ਕੋਸ਼ਿਸ਼ ਕਰਨੀ ਹੁੰਦੀ ਫਿੰਗਰ ਅਪਡੇਟ ਕਰਾਉਣ ਦੀ, ਮੀਨਸ ਆਈਡੀ ਦਾ ਐਡਰੈਸ ਜਾਂ ਉਹਦੇ ਆਪਣੇ ਫਿੰਗਰ ਅਪਡੇਟ ਕਰਾਉਣ ਦੀ, ਉਹ ਕੰਪਨੀ ਕਰ ਦਿੰਦੀ ਹੈ। ਜੇ ਨਹੀਂ ਵੀ ਕਰਦੀ ਤਾਂ ਉਹ ਬਾਅਦ ਵਿੱਚ ਹੋ ਜਾਂਦਾ, ਬਟ ਮੇਨ ਜ਼ਰੂਰੀ ਜਿਹੜਾ ਕੰਮ ਹੈਗਾ ਉਹ ਹੈਗਾ ਵਾ ਵਰਕ ਪਰਮਿਟ ਕਢਾਉਣ ਦਾ, ਮੌਕਾ ਪੇਪਰ ਕਢਾਉਣ ਦਾ, ਜਿਨ੍ਹਾਂ ਨੇ ਕੰਪਨੀਆਂ ਚੇਂਜ ਕੀਤੀਆਂ ਵਾ। ਠੀਕ ਆ, 90 ਦਿਨ ਹੋ ਜਾਂਦੇ ਆ, ਉਸ ਤੋਂ ਬਾਅਦ 'ਚ ਬਹੁਤ ਘੱਟ ਚਾਂਸ ਹੁੰਦੇ ਆ ਕਿ ਤੁਹਾਡਾ ਜਿਹੜਾ ਵਾ ਵਰਕ ਪਰਮਿਟ ਨਿਕਲ ਕੇ ਤੁਹਾਡਾ ਜਿਹੜਾ ਵਾ ਫਿੰਗਰ ਅਪਡੇਟ ਹੋ ਜਾਣ। ਸੋ ਇਹ ਚੀਜ਼ ਦਾ ਖਾਸ ਖਿਆਲ ਰੱਖੋ, ਜਿਨ੍ਹਾਂ ਦੇ ਜਿਹੜੇ ਕੰਟਰੈਕਟ ਆ ਉਹ ਕੈਂਸਲ ਹੋਏ ਨੇ, 3-3, 4-4 ਮਹੀਨੇ ਹੋ ਗਏ ਆ, ਉਹ ਪਲੀਜ਼ ਅੱਗੇ ਜਾਣ ਦੀ ਨਾ ਟਰਾਈ ਕਰਨ। ਹਾਂ, ਉਹ ਜ਼ਰੂਰ ਟਰਾਈ ਕਰ ਸਕਦੇ ਜਿਨ੍ਹਾਂ ਦੇ ਕੰਟਰੈਕਟ ਕੈਂਸਲ ਹੋਏ ਨੂੰ 20 ਦਿਨ ਹੋ ਗਏ, 15 ਦਿਨ ਹੋ ਗਏ ਆ, ਅਤੇ ਉਹ ਟਰਾਈ ਕਰ ਲੈਣ, ਸ਼ਾਇਦ ਉਹਨਾਂ ਨੂੰ ਕੋਈ ਐਂਟਰੀ ਮਿਲ ਜਾਵੇ, ਕਿਉਂਕਿ ਇਹਨਾਂ ਨੇ ਕਾਫੀ ਜਿਹੜੀ ਆ ਸਖਤਾਈ ਕਰਤੀ ਹੈ, ਜਿੱਦਾਂ ਜਿੱਦਾਂ ਲੋਕ ਆ ਰਹੇ ਅਤੇ ਨਵੇਂ ਨਵੇਂ ਤੋਂ ਨਵਾਂ ਕੇਸ ਜਿਹੜਾ ਵਾ ਹੁਣ ਸਾਹਮਣੇ ਆ ਰਿਹਾ ਵਾ। ਸੋ ਇਸ ਚੀਜ਼ ਦਾ ਜਿਹੜਾ ਜ਼ਰੂਰ ਖਿਆਲ ਰੱਖੇ।